ਲੁਧਿਆਣਾ ਦੇ ਕੋਟ ਮੰਗਲ ਸਿੰਘ ਇਲਾਕੇ ਵਿੱਚ ਬੀਤੀ ਰਾਤ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਕੁਝ ਲੋਕਾਂ ਨੇ ਇੱਕ ਪਰਿਵਾਰ ਤੇ ਹਮਲਾ ਕਰ ਦਿੱਤਾ ਅਤੇ ਇਲਜ਼ਾਮ ਕਾਂਗਰਸ ਦੇ ਕੌਂਸਲਰ ਦੇ ਪੁੱਤਰ ਅਤੇ ਲੁਧਿਆਣਾ ਜੇਲ੍ਹ ਦੇ ਇੱਕ ASI ਤੇ ਲੱਗੇ ਨੇ। ਇਸ ਪੂਰੀ ਘਟਨਾ ਦੀ CCTV ਫੁਟੇਜ ਵੀ ਸਾਹਮਣੇ ਆਈ ਹੈ। ਪਰਿਵਾਰ ਦੇ ਮੈਂਬਰ ਗੁਰਸਿੱਖ ਹਨ ਅਤੇ ਉਹਨਾਂ ਨੇ ਇਲਜ਼ਾਮ ਲਗਾਏ ਨੇ ਕਿ ਉਹਨਾਂ ਦੇ ਕੱਕਾਰਾਂ ਦੀ ਬੇਅਦਬੀ ਕੀਤੀ ਗਈ ਹੈ। ਮਨਰਾਜ ਮਕਰਾਜ ਦਾ ਜਿਹੜਾ ਮੁੰਡਾ ਹੈ ਮਨਰਾਜ ਸਿੰਘ ਉਹਦਾ ਨਾ ਰਿਸ਼ਤੇਦਾਰ ਉਹਨਾਂ ਨੇ ਬੰਦੇ ਭੇਜ ਕੇ ASI ਕੁਲਦੀਪ ਸਿੰਘ ਜਿਹੜਾ ਸੈਂਟਰ ਜੇਲ੍ਹ ਦੇ ASI ਤਨਾਤ ਹੈ ਜੀ ਉਹਨੇ ਆਪਣੀ ਸਰਕਾਰੀ ਕੱਢ ਕੇ ਰਿਵਾਲਵਰ ਸਾਨੂੰ ਧਮਕੀਆਂ ਦਿੱਤੀਆਂ ਮੇਰੇ ਕਕਾਰਾਂ ਦੀ ਬੇਅਦਬੀ ਕੀਤੀ ਮੇਰੇ ਰੁਕਮਾਂ ਦੀ ਬੇਅਦਬੀ ਕੀਤੀ ਮੇਰਾ ਚੋੜਾ ਫਾੜਿਆ ਆਹ ਦੇਖੋ ਮੇਰੇ ਰੋਹ ਪਰਿਵਾਰ ਦਾ ਕਹਿਣਾ ਹੈ ਕਿ ਉਹ ਪੁਲਿਸ ਕਮਿਸ਼ਨਰ ਨੂੰ ਮਿਲ ਚੁੱਕੇ ਨੇ ਪਰ ਮੁਲਜ਼ਮਾਂ ਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਕਿਉਂਕਿ ਮੁਲਜ਼ਮ ਖੁਦ ਇੱਕ ਪੁਲਿਸ ਅਧਿਕਾਰੀ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਕਿਵੇਂ ਉਹਨਾਂ ਦੇ ਘਰ ਤੇ ਸੈਂਟਰਲ ਜੇਲ੍ਹ ਲੁਧਿਆਣਾ ਦੇ ASI ਨੇ ਪਹਿਲਾਂ ਹਮਲਾ ਕੀਤਾ ਉਹਨਾਂ ਨਾਲ ਗਾਲੀ ਗਲੋਚ ਕੀਤੀ ਅਤੇ ਫਿਰ ਆਪਣਾ ਸਰਵਿਸ ਰਿਵਾਲਵਰ ਕੱਢ ਕੇ ਉਹਨਾਂ ਨੂੰ ਧਮਕਾਇਆ ਪਰ ਬਾਅਦ ਵਿੱਚ ਉਸਨੇ ਆਪਣੇ ਕੁਝ ਸਾਥੀਆਂ ਨੂੰ ਸੱਦ ਲਿਆ ਅਤੇ ਉਹਨਾਂ ਦੇ ਪਰਿਵਾਰ ਤੇ ਹਮਲਾ ਕਰਵਾਇਆ ਜਿਸ ਵਿੱਚ ਪਰਿਵਾਰਕ ਮੈਂਬਰ ਜ਼ਖਮੀ ਹੋ ਗਏ। ਜ਼ਿਕਰ ਖਾਸ ਹੈ ਕਿ ਇਸੇ ਪਰਿਵਾਰ ਦੇ ਇੱਕ ਮੈਂਬਰ ਦਾ ਬੀਤੇ ਕੁਝ ਸਾਲ ਪਹਿਲਾਂ ਕੁਝ ਨੌਜਵਾਨਾਂ ਨੇ ਹਮਲਾ ਕਰਕੇ ਕਤਲ ਕਰ ਦਿੱਤਾ ਸੀ। ਪਰਿਵਾਰ ਦੇ ਬਜ਼ੁਰਗ ਜਸਵੀਰ ਕੌਰ ਨੇ ਇਨਸਾਫ ਦੀ ਮੰਗ ਕੀਤੀ ਹੈ। ਇਹ ਮਾਮਲਾ ਕਮਿਊਨਿਟੀ ਸੈਂਟਰ ਦਾ ਹੀ ਆ ਤੇ ਗੁਰਦੁਆਰੇ ਦੀ ਕਰਮਸਾਰਨ ਦੀ ਕਮੇਟੀ ਦਾ ਆ। ਇਹ ਪਹਿਲਾਂ ਵੀ ਰੌਲਾ ਪਿਆ ਸੀ ਹੁਣ ਫੇਰ ਵੀ ਇਹ ਸਾਰੇ ਉੱਥੇ ਮੀਟ ਸ਼ਰਾਬਾਂ ਕਰਦੇ ਆ ਮੇਰੀ ਫੈਕਟਰੀ ਦੇ ਅੱਗੇ ਰੌਲੇ ਰੱਪੇ ਕਰਦੇ ਆ। ਸਾਡੇ ਕੋਲ ਫੈਕਟਰੀ 'ਚ ਗੱਡੀਆਂ ਵਾਲੇ ਨੇ ਬਾਹਰੋਂ ਵੀ ਵਰਕਰਾਂ ਨੇ ਆਉਣਾ। ਮੈਂ ਕੀ ਕਰਾਂ ਮੈਂ ਇੱਕ ਜਨਾਨੀ ਹਾਂ ਇੱਕ ਫੈਕਟਰੀ ਦੀ ਮਾਲਕ ਹਾਂ ਇਹ ਮੇਰਾ ਬੱਚਾ ਅੱਗੇ ਇੱਕ ਮਾਰਤਾ ਆ ਹੁਣ ਇਹਨੂੰ ਕੱਲ੍ਹ ਮੈਂ ਉਹਨਾਂ ਦੀਆਂ ਮਿੰਨਤਾਂ ਕੀਤੀਆਂ ਬਈ ਤੁਸੀਂ ਮੇਰੇ ਬੱਚੇ ਨੂੰ ਮਾਰੋ ਨਾ ਪਰ ਉਹਨੇ ਮੈਨੂੰ ਘਸੀਟ ਘਸੀਟ ਕੇ ਮਾਰਿਆ ਔਰ ਮੇਰੇ ਬੱਚੇ ਨੇ ਰਿਵਾਲਵਰ ਕੱਢ ਕੇ ਕੌਣ ਬੰਦੇ ਨੇ ਜੀ ਬੰਦੇ ਕੌਣ ਉਹ ਜੀ ਕੁਲਦੀਪ ਸਿੰਘ ਉੱਥੇ ਜੇਲ੍ਹ 'ਚ ਲੱਗੇ ਹੋਏ ASI ਉਹ ਆਪਣੀ ਰਿਵਾਲਵਰ ਨਾਲ ਮੇਰੇ ਪੁੱਤ ਨੂੰ ਕਹਿੰਦਾ ਮੈਂ ਤੈਨੂੰ ਮਾਰ ਦੂੰ ਜਦੋਂ ਮੈਂ ਉੱਥੇ ਪਹੁੰਚੀ ਤਾਂ ਉਹਨੇ ਗੁੰਡੇ ਬੁਲਾ ਲਏ ਠਕਰਾਲ ਦੇ ਬੰਦੇ ਤੇ ਆਪਣੇ ਦੇ ਭਤੀਜੇ ਪੁਲਿਸ ਵਾਲਾ ਕਹਿੰਦਾ ਇਹਦਾ ਭਰਾ ਇਹਨੀ ਸਾਰਿਆਂ ਨੇ ਡਾਂਗਾਂ ਕੱਢ ਕੇ ਮਾਰਿਆ ਸਾਨੂੰ ਫਿਰ ਹੁਣ ਜਦ ਬਾਅਦ ਠਕਰਾਲ ਦਾ ਮੁੰਡਾ ਆਇਆ ਉਹਨੂੰ ਅਸੀਂ ਬੇਨਤੀ ਕੀਤੀ ਇਹ ਸੋਹਣਾ ਸਾਡੇ ਨਾਲ ਕਰਾ ਲਿਆ ਅੱਗਿਓਂ ਕਹਿੰਦਾ ਮੈਨੂੰ ਕੀ ਪਤਾ ਤੁਹਾਡੇ ਨਾਲ ਲੜਾਈ ਹੋਣੀ ਆ ਮੈਂ ਤਾਂ ਬੰਦੇ ਐਵੇਂ ਭੇਜਤੇ ਜਿਹੜਾ ਉਹ ASI ਆ ਉਹਨੂੰ ਸਸਪੈਂਡ ਕੀਤਾ ਜਾਵੇ ਔਰ ਜਿਹੜੀ ਗੁਰਦੁਆਰੇ ਦੀ ਕਮੇਟੀ ਆ ਉਹਨੂੰ ਸਮਝਾਇਆ ਜਾਵੇ ਵੀ ਕਿਸ ਤਰ੍ਹਾਂ ਇੱਥੇ ਇਹ ਪ੍ਰੋਗਰਾਮ ਗੁਰੂ ਘਰ 'ਚ ਕਰਨਾ। ਪ੍ਰਧਾਨ ਬਣਾਇਆ ਗਿਆ ਜੀ ਕਮਿਊਨਿਟੀ ਸੈਂਟਰ ਦਾ ASI ਕੁਲਦੀਪ ਸਿੰਘ ਜੀ ਨੂੰ। ਉਹਨਾਂ ਨੇ ਕੱਲ੍ਹ ਨਸ਼ੇ ਦੀ ਹਾਲਤ ਦੇ ਵਿੱਚ ਮੇਰੇ ਨਾਲ ਆ ਕੇ ਪਹਿਲਾਂ ਗਾਲੀ ਗਲੋਚ ਕੀਤਾ ਉਸ ਤੋਂ ਬਾਅਦ ਆਪਣੇ ਸਰਵਿਸ ਪਿਸਟਲ ਕੱਢ ਕੇ ਮੇਰੇ ਲਗਾਈ ਕਿ ਤੂੰ ਦੂਜੇ ਬੰਦਿਆਂ ਦਾ ਸਾਥ ਦੇ ਰਿਹਾ ਜਦਕਿ ਐਸਾ ਕੋਈ ਮਾਮਲਾ ਨਹੀਂ ਹੈਗਾ। ਕਮਿਊਨਿਟੀ ਸੈਂਟਰ ਬੰਦ ਕਰਵਾਇਆ ਗਿਆ ਸੀ ਅੱਜ ਤੋਂ 2 ਸਾਲ ਪਹਿਲਾਂ ਕਿਉਂਕਿ ਉੱਥੇ ਦਾਰੂ ਪੀਂਦੇ ਸੀ ਗੁਰਦੁਆਰਾ ਸਾਹਿਬ ਦੀ ਪ੍ਰੋਪਰਟੀ ਹੈ
ਉਹ ਸਾਰੇ ਮੁਹੱਲੇ ਨੇ ਲਿਖ ਕੇ ਬੰਦ ਕਰਵਾਇਆ ਸੀਗਾ, ਪਰ ਇਹ ਬੰਦਾ ਮੇਰੇ ਤੇ ਡਾਇਰੈਕਟਲੀ ਇਲਜ਼ਾਮ ਲਗਾ ਰਿਹਾ ਕਿ ਉਹ ਸਾਰਾ ਕੁਝ ਮੇਰੇ ਕਰਕੇ ਹੋਇਆ, ਜਦ ਕਿ ਇੱਥੇ ਸਾਰੇ ਮੁਹੱਲੇ ਦੇ ਸਾਈਨ ਨੇ, ਆਹ ਦੇਖ ਲਓ ਸਰ ਵੈਬਸਾਈਟ ਤੇ ਵੀ। ਇਹਦੇ ਵਿੱਚ ਮੈਂ ਤਾਂ ਸਰ ਇਹੀ ਮੰਗ ਕਰਾਂਗਾ ਕਿ ਉਹ ਜਿਹੜਾ ਏ ਐਸ ਆਈ ਕੁਲਦੀਪ ਸਿੰਘ ਆ ਉਹਨੂੰ ਡਿਸਮਿਸ ਕੀਤਾ ਜਾਵੇ, ਔਰ ਜਿਹੜੀ ਗੁਰਦੁਆਰਾ ਕਮੇਟੀ ਹੈ ਉਹਨੂੰ ਵੀ ਭੰਗ ਕਰਕੇ ਨਵੇਂ ਅਹੁਦੇਦਾਰ ਉੱਥੇ ਨਿਯੁਕਤ ਕੀਤੇ ਜਾਵੇ। ਟੋਨੀ ਸਿੱਧੂ ਜਿਹੜਾ ਕਿ ਆਪਣੇ ਆਪ ਨੂੰ ਪੁਲਿਸ ਵਾਲਾ ਦੱਸਦਾ, ਵਰਦੀ ਪਾ ਕੇ ਰੱਖਦਾ, ਲੇਕਿਨ ਉਹ ਪੁਲਿਸ ਵਾਲਾ ਹੈ ਨਹੀਂ, ਔਰ ਉਹਨਾਂ ਦਾ ਇੱਕ ਰਿਸ਼ਤੇਦਾਰ, ਨਹੀਂ ਉਹਨਾਂ ਦਾ ਰਿਸ਼ਤੇਦਾਰ ਏ ਐਸ ਆਈ ਦਾ ਰਿਸ਼ਤੇਦਾਰ ਇੱਕ, ਔਰ ਇੱਕ ਭਤੀਜਾ, ਔਰ ਦੋ ਬੰਦੇ ਹੋਰ ਸੀ ਉਹਨਾਂ ਦੇ ਦੋਸਤ ਨਾਲ। ਜ਼ਿਕਰੇ ਖਾਲਸੇ ਕਿ ਪੂਰਾ ਵਿਵਾਦ ਇਲਾਕੇ ਵਿੱਚ ਹੀ ਬਣੇ ਇੱਕ ਕਮਿਊਨਿਟੀ ਸੈਂਟਰ ਨੂੰ ਲੈ ਕੇ ਹੋਇਆ ਹੈ, ਜਿਸ ਨੂੰ ਮੁਹੱਲਾ ਵਾਸੀ ਇਹ ਕਹਿ ਕੇ ਬੰਦ ਕਰਵਾ ਚੁੱਕੇ ਨੇ ਕਿ ਉੱਥੇ ਸ਼ਰਾਬ ਪੀ ਕੇ ਹੁੱਲੜਬਾਜ਼ੀ ਕੀਤੀ ਜਾਂਦੀ ਹੈ, ਜਦੋਂ ਕਿ ਦੂਜੇ ਧਿਰ ਵੱਲੋਂ ਉਸ ਨੂੰ ਚਲਾਉਣ ਲਈ ਇਸ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਗਿਆ। ਕੱਲ ਰਾਤੀ 10 ਵਜੇ ਏਐਸਆਈ ਕੁਲਦੀਪ ਸਿੰਘ, ਗੁਰਦੁਆਰਾ ਪ੍ਰਬੰਧਕ ਕਮੇਟੀ ਕਰਮਸਰ ਦੇ ਸਾਰੇ ਪ੍ਰਬੰਧਕਾਂ ਨੇ ਮਾਸਟਰ ਮਾਈਂਡ ਬਣਾ ਕੇ, ਮਾਸਟਰ ਮਾਈਂਡ ਹੋ ਕੇ ਕੁਲਦੀਪ ਸਿੰਘ ਦੇ ਦੁਆਰਾ ਮੇਰੇ ਕਕਾਰਾਂ ਦੀ ਬੇਅਦਬੀ ਕਰਾਈ ਹੈ ਜੀ। ਮੇਰੇ ਚੋਲੇ ਨੂੰ, ਮੇਰੇ ਬਾਣੇ ਨੂੰ ਪਾੜਿਆ ਗਿਆ ਜੀ, ਆਹ ਤੁਹਾਡੇ ਸਾਹਮਣੇ ਹੈ ਜੀ। ਮੇਰੀ ਸ਼੍ਰੀ ਸਾਹਿਬ ਨੂੰ ਖੋਹ ਲਿਆ ਗਿਆ ਜੀ, ਮੇਰੇ ਬਾਣੇ ਨੂੰ ਪਾੜ ਦਿੱਤਾ, ਮੇਰੀ ਦਸਤਾਰ ਖੋ ਕੇ ਲੈ ਗਏ। ਮੇਰੀ ਸਾਰੇ ਸਿੱਖ ਜਥੇਬੰਦੀਆਂ ਨੂੰ, ਅਰੇ ਪ੍ਰਸ਼ਾਸਨ ਨੂੰ ਇਹ ਮੰਗ ਹੈ ਕਿ ਇਹਨਾਂ ਪਾਪੀਆਂ ਦਾ ਸਕਲ ਜਿਹੜਾ ASI ਕੁਲਦੀਪ ਸਿੰਘ ਆ, ਇਹਨੂੰ ਜਲਦ ਤੋਂ ਜਲਦ ਡਿਸਮਿਸ ਕੀਤਾ ਜਾਵੇ। ਇਹ ਜੋ ਉੱਥੇ ਨਸ਼ੇ ਦੀ ਹਾਲਤ ਵਿੱਚ ਇਹ ਗੁਰਦੁਆਰਿਆਂ ਵਿੱਚ ਵੜਦੇ ਨੇ, ਗੁਰਦੁਆਰਿਆਂ ਨੂੰ ਇਹਨਾਂ ਨੇ ਆਪਣਾ ਅੱਡਾ ਬਣਾਇਆ ਹੋਇਆ, ਜਿੱਥੋਂ ਕਿ ਆਪਣੇ ਨਿੱਜੀ ਸਵਾਰਥਾਂ ਵਾਸਤੇ ਵਰਤਦੇ ਨੇ। ਬਿਊਰੋ ਰਿਪੋਰਟ, ਲੁਧਿਆਣਾ ਬਿਊਰੋ।